ਤੁਹਾਨੂੰ ਸੁਣਾਉਣੇ ਆ। ਤਾਂ ਸਾਧ ਸੰਗਤ ਜੀ ਅੱਜ ਜੋ ਟੱਪੇ ਤੁਹਾਡੇ ਨਾਲ ਸਾਂਝੇ ਕਰਨੇ ਆ ਉਹ ਹੈਗੇ ਆ ਜਦੋਂ ਦੇ ਪਿਤਾ ਜੀ ਗਏ ਆ ਇਤਿਹਾਸ ਰਚਾਉਣ ਵਾਸਤੇ ਜਦੋਂ ਦੇ ਪਿਤਾ ਜੀ ਗਏ ਹੋਏ ਆ। ਉਸ ਤੋਂ ਬਾਅਦ ਕੀ ਹੋ ਰਿਹਾ ਨਾ ਵੀ ਪ੍ਰੇਮੀਆਂ ਤੇ ਜੋ ਜ਼ੁਲਮ ਹੋ ਰਹੇ ਨੇ ਕਿਉਂਕਿ ਦੇਖਿਆ ਜਾ ਰਿਹਾ ਉਸ ਤੋਂ ਬਾਅਦ ਕਿੰਨਾ ਕੁਛ ਹੋਇਆ ਹੈ ਤਾਂ ਸਾਰੀ ਮਾਲਕ ਦੀ ਖੇਡੀ ਰਚਾਈ ਹੋਈ ਪਰ ਆਪਾਂ ਵੀ ਆਮ ਇੱਕ ਬੰਦੇ ਹੀ ਹੈ ਤਾਂ ਉਹਨੇ ਜੋ ਸੱਟਾਂ ਨੇ ਜੋ ਸਾਡੇ ਸੀਨੇ ਤੇ ਲੱਗੀਆਂ ਨੇ ਉਹ ਝੱਲ ਨਹੀਂ ਹੁੰਦੀਆਂ ਤਾਂ ਉਧਰੋਂ ਪੂਰੇ ਗੁਰੂ ਦਾ ਵਿਛੋੜਾ ਪੈ ਜਾਵੇ ਤਾਂ ਇੱਕ ਰੂਹ ਤੜਫਦੀ ਹੈ ਦਰਸ਼ਨਾਂ ਲਈ ਵੀ। ਤਾਂ ਸਾਧ ਸੰਗਤ ਜੀ ਅੱਜ ਉਹ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹੈ ਜੋ ਪਿਤਾ ਜੀ ਨੇ ਲਿਖਵਾਇਆ। 25 ਅਗਸਤ ਤੋਂ ਬਾਅਦ ਜੋ ਵੀ ਡੇਰੇ ਨਾਲ ਪ੍ਰੇਮੀਆਂ ਨਾਲ ਜੋ ਵੀ ਹੋਇਆ ਜਾਂ ਹੁਣ ਚੱਲ ਰਿਹਾ ਜੋ ਵੀ ਟਾਈਮ ਤਾਂ ਉਹਦੇ ਤੇ ਹੀ ਆ ਸਾਧ ਸੰਗਤ ਜੀ ਇਹ ਉਹ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹੈ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸ ਹੋ ਤੇਰੇ ਬਾਦ ਚ ਸ਼ਹਿਣ ਚਾ ਇਹ ਦੁਨੀਆਂ ਰਹੀ ਸਤਾ ਹੋ ਦੀਨ ਕਰਮ ਨਾ ਰਹਿ ਗਿਆ ਕੋਈ ਪੈ ਗਈ ਕਿਹੜੇ ਰਾਹ ਉਹ ਤੇਰੇ ਬਾਦ ਚ ਸ਼ਹਿਣ ਚਾ ਇਹ ਦੁਨੀਆਂ ਰਹੀ ਸਤਾ ਉਹ ਦੀਨ ਧਰਮ ਨਾ ਰਹਿ ਗਿਆ ਕੋਈ ਪੈ ਗਈ ਕਿਹੜੇ ਰਾਹ ਭੁੱਲ ਬੈਠੇ ਨੇ ਸੱਚੇ ਰੱਬ ਨੂੰ ਸ਼ਰਮਾ ਨੇ ਹੁਣ ਲਾਈਆਂ ਉਹ ਤੇਰੇ ਬਾਦ ਇਹਨਾਂ ਜੱਤ ਹੀ ਚੱਕ ਲਈ ਉਹ ਛੇਤੀ ਮੁੜਿਆ ਸਾਈਆਂ ਤੇਰੇ ਬਾਦ ਇਹਨਾਂ ਜੱਤ ਹੀ ਚੱਕ ਲਈ ਉਹ ਛੇਤੀ ਮੁੜਿਆ ਸਾਈਆਂ। ਜਿੱਦਾਂ ਮੀਡੀਆ ਨੇ ਜੋ ਵੀ ਉਸ ਤੋਂ ਬਾਅਦ ਦਿਖਾਇਆ ਤਾਂ ਉਹ ਵੀ ਸਾਂਝਾ ਕਰਨ ਲੱਗੇ ਆ। ਕੀ ਮੀਡੀਆ ਕੀ ਅਖਬਾਰਾਂ ਪੂਰਾ ਰੌਲਾ ਪਾਇਆ ਹੋ ਝੂਠ ਹੀ ਝੂਠ ਦਿਖਾਈ ਜਾਂਦੇ ਸੱਚ ਨੂੰ ਜਾਵੇ ਦਬਾਇਆ ਕੀ ਮੀਡੀਆ ਕੀ ਅਖਬਾਰਾਂ ਪੂਰਾ ਰੌਲਾ ਪਾਇਆ ਹੋ ਝੂਠ ਹੀ ਝੂਠ ਦਿਖਾਈ ਜਾਂਦੇ ਸੱਚ ਨੂੰ ਜਾਵੇ ਦਬਾਇਆ ਖੱਟੇ ਵਰਗੇ ਬੈਠ ਟੀਵੀ ਤੇ ਝੂਠੀਆਂ ਭਰਨ ਗਵਾਈਆਂ ਉਹ ਤੇਰੇ ਬਾਦ ਇਹਨਾਂ ਜੱਤ ਹੀ ਚੱਕ ਲਈ ਹੋ ਛੇਤੀ ਮੁੜਿਆ ਸਾਈਆਂ ਉਹ ਤੇਰੇ ਬਾਦ ਇਹਨਾਂ ਜੱਤ ਹੀ ਚੱਕ ਲਈ ਹੋ ਛੇਤੀ ਮੁੜਿਆ ਸਾਈਆਂ। ਜਿੱਦਾਂ ਸਾਧ ਸੰਗਤ ਜੀ ਟੋਕਣਾ ਤੇ ਵੀ ਰੌਲਾ ਪਾਇਆ ਗਿਆ ਤਾਂ ਜਿਸ ਕਰਕੇ ਮੈਂ ਆਹ ਪਹਿਰੇ ਲਿਖਣ ਨੂੰ ਮਜਬੂਰ ਹੋਇਆ ਜੋ ਪਿਤਾ ਜੀ ਨੇ ਲਿਖਵਾਇਆ ਜਾਂ ਬਹਾਨਾ ਬਣਿਆ। ਤਾਂ ਸਾਧ ਸੰਗਤ ਜੀ ਕੁਝ ਕਦੇ ਦਿਨ ਪਹਿਲਾਂ ਵੀ ਖਬਰ ਛਪੀ ਸੀ ਅਖਬਾਰਾਂ ਦੇ ਵਿੱਚ ਕਿ ਨਜਾਇਜ਼ ਬਿਲਡਿੰਗਾਂ ਵਾਲੀ ਤਾਂ ਉੱਥੋਂ ਮੈਨੂੰ ਇਹ ਲਿਖਵਾਇਆ ਜੋ ਜ਼ਰੀਆ ਬਣਿਆ ਉਹ ਤਾਂ ਉਹ ਵਿੱਚ ਜ਼ਿਕਰ ਕਰਨ ਲੱਗੇ ਆ। ਉਹ ਟੋਕਣਾ ਨੂੰ ਇੰਨਾ ਕਰੰਸੀ ਦੱਸੀ ਹੋਟਲਾਂ ਨੂੰ ਗੁਫਾ ਗੁਪਤ ਬਤਾਇਆ ਹੋ ਦਬੇ ਜ਼ਮੀਨ ਦੇ ਵਿੱਚ ਹਥਿਆਰ ਨੇ ਇੰਨਾ ਡੇਰਾ ਵੀ ਤੇਰਾ ਪਟਾਇਆ ਟੋਕਣਾ ਨੂੰ ਇੰਨਾ ਕਰੰਸੀ ਦੱਸੀ ਹੋਟਲਾਂ ਨੂੰ ਗੁਫਾ ਗੁਪਤ ਬਤਾਇਆ ਹੋ ਦਬੇ ਜ਼ਮੀਨ ਦੇ ਵਿੱਚ ਹਥਿਆਰ ਨੇ ਇੰਨਾ ਡੇਰਾ ਵੀ ਤੇਰਾ ਪਟਾਇਆ ਉਹ ਰੱਖੀ ਅੱਖ ਹੁਣ ਤੇਰਾ ਵਾਸਤੇ ਅਖੇ ਨਜਾਇਜ਼ ਬਿਲਡਿੰਗਾਂ ਬਣਾਈਆਂ ਤੇਰੇ ਬਾਦ ਇਹਨਾਂ ਜੱਤ ਹੀ ਚੱਕ ਲਈ ਉਹ ਛੇਤੀ ਮੁੜਿਆ ਸਾਈਆਂ ਤੇਰੇ ਬਾਦ ਇਹਨਾਂ ਜੱਤ ਹੀ ਚੱਕ ਲਈ ਉਹ ਛੇਤੀ ਮੁੜਿਆ ਸਾਈਆਂ। ਸੀ ਤੂੰ ਜਿਹੜੀ ਆਲਾ ਲੀਕ ਜਿੱਦਾਂ ਸਾਧ ਸੰਗਤ ਜੀ 25 ਜਨਵਰੀ ਨੂੰ ਵੀ ਅਪ੍ਰੈਲ 29 ਨੂੰ ਵੀ ਅਖਬਾਰਾਂ 'ਚ ਖਬਰਾਂ ਛਾਪੀਆਂ ਗਈਆਂ ਜਦੋਂ ਆਪਣਾ ਭੰਡਾਰਾ ਸੀਗਾ ਤਾਂ ਉਹ ਵੀ ਵਿੱਚ ਜ਼ਿਕਰ ਕੀਤਾ। ਉਹ 25 ਜਨਵਰੀ ਅਪ੍ਰੈਲ 29 ਨੋਟਿਸ ਜਾਰੀ ਕਰਤੇ ਹੋ ਕੈਂਸਲ ਨਾਮ ਚਰਚਾ ਹੋ ਗਈ ਅਖਬਾਰਾਂ ਵਾਲੇ ਪੰਨੇ ਭਰਤੇ 25 ਜਨਵਰੀ ਅਪ੍ਰੈਲ 29 ਨੋਟਿਸ ਜਾਰੀ ਕਰਤੇ ਹੋ ਕੈਂਸਲ ਨਾਮ ਚਰਚਾ ਹੋ ਗਈ ਅਖਬਾਰਾਂ ਵਾਲੇ ਪੰਨੇ ਭਰਤੇ ਕਰਨਾ ਨੀ ਕੱਠ ਡੇਰੇ ਦੇਖ ਪਾਬੰਦੀਆਂ ਜਾਣ ਲਗਾਈਆਂ ਉਹ ਤੇਰੇ ਬਾਦ ਇਹਨਾਂ ਜੱਤ ਹੀ ਚੱਕ ਲਈ ਉਹ ਛੇਤੀ ਮੁੜਿਆ ਸਾਈਆਂ ਤੇਰੇ ਬਾਦ ਇਹਨਾਂ ਜੱਤ ਹੀ ਚੱਕ ਲਈ ਉਹ ਛੇਤੀ ਮੁੜਿਆ ਸਾਈਆਂ ਭੈਣ ਹਣੀ ਪ੍ਰੀਤ ਨੂੰ ਦੇਸ਼ ਦਰੋ ਦੇ ਕੇਸਾਂ ਵਿੱਚ ਉਲਝਾਇਆ ਉਹ ਸੈਕੜੇ ਹੀ ਡੇਰਾ ਪ੍ਰੇਮੀਆਂ ਉੱਤੇ ਝੂਠਾ ਪਰਚਾ ਪਾਇਆ ਭੈਣ ਹਣੀ ਪ੍ਰੀਤ ਨੂੰ ਦੇਸ਼ ਦਰੋ ਦੇ ਕੇਸਾਂ ਵਿੱਚ ਉਲਝਾਇਆ ਉਹ ਸੈਕੜੇ ਹੀ ਡੇਰਾ ਪ੍ਰੇਮੀਆਂ ਉੱਤੇ ਝੂਠਾ ਪਰਚਾ ਪਾਇਆ ਹੋ ਲੱਖਾਂ ਕਰੋੜਾਂ ਰੁਪਈਆ ਖਾ ਗਏ ਝੂਠ ਦੀਆਂ ਹੱਟੀਆਂ ਜਾਣ ਚਲਾਈਆਂ ਉਹ ਤੇਰੇ ਬਾਦ ਇਹਨਾਂ ਜੱਤ ਹੀ ਚੱਕ ਲਈ ਉਹ ਛੇਤੀ ਮੁੜਿਆ ਸਾਈਆਂ ਤੇਰੇ ਬਾਦ ਇਹਨਾਂ ਜੱਤ ਹੀ ਚੱਕ ਲਈ ਉਹ ਛੇਤੀ ਮੁੜਿਆ ਸਾਈਆਂ। ਜਿੱਦਾਂ ਸਾਧ ਸੰਗਤ ਜੀ ਕੋਈ ਪ੍ਰੇਮੀ ਕੋਈ ਲਾਈਵ ਆਉਂਦਾ ਜਾਂ ਗੁਰੂ ਘਰ ਦੀਆਂ ਪੋਸਟਾਂ ਪਾਉਂਦਾ ਤਾਂ ਨਿੰਦਕ ਵਿੱਚ ਆ ਕੇ ਗਲਤ ਬੋਲਦੇ ਨੇ ਤਾਂ ਉਹ ਵੀ ਜ਼ਿਕਰ ਕਰਨ ਲੱਗੇ ਆ।
सोशल मीडिया उत्ते निंदक तेरा नाम ला छेड़दे ने। ओ मां भैन दी शर्म ना कर दे मन आईयां रेड़दे ने। सोशल मीडिया उत्ते निंदक तेरा नाम ला छेड़दे ने। ओ मां भैन दी शर्म नी कर दे मन आईयां रेड़दे ने। प्यार तेरे विच रंगियां रूहां मन मुखां ने बहुत सताईयां। ओ तेरे बाद ना यात ही चक ली ओ छेती मुड़िया साईयां। तेरे बाद नयात ही चक ली हो छेती मुड़े आसाइयां। सतसंग जी हुण जो नवी घटना वापरी है जो अखबारां ते न्यूज़ां ते चल रही है कई दिनां तों जो पंजाब वाली तां आपां नूं तां पता है सतसंग जी भी साडे गुरु जी ने जो सानूं मन तां भलाई दे काम सिखाए है हर एक धर्म दा सत्कार करना सिखाया है तां हुण उही आरोप साडे ते लगाया जा रहा है ता ओह भी बहुत मंदभागी इन्हां दी जो घटना जो साडे ते इल्जाम लगा रहे ने क्योंकि साडे गुरु जी ने सानू ये चीजां नहीं सिखाईयां सत्कार करना सिखाया ता ओह भी जिक्र करन लगे आ। हुण ता पाणी झूठा दा पुणियां तों भी वग गया ए। ओ दोष बेअदबी वाला तेरे गुरसिखां ते लग गया ए। हुण ता पाणी झूठा दा पुणियां तों भी वग गया ए। ओ दोष बेअदबी वाला तेरे गुरसिखां ते लग गया ए। चारे पासे सियासत खिलरी तू करामातां क्यों ना दिखाईयां। ओ तेरे बाद नया तली चक ली ओ छेती मुड़े आसाईयां। तेरे बाद ये ना यात ही चक ली हो छेती मुड़े आसाइयां। सतसंग जी जो पिता जी दा विछोड़ा है जिवें पिता जी रोहतक चले गए है तां उहदे गुरसिखां तों इह नहीं चलिया जा रहा क्योंकि आपां हर हफ्ते संडे जाने आ हुण भी जाने आ पर दर्शनां नूं रूह प्यासी होई है तां उहदे विच वी जिवें तेरा वास दे विच जाणा आपां मीटिंग च जांदे हुंदे सी तां उह इक पैरा ਸੀਗਾ ਸਬਰ ਨੀ ਹੁੰਦਾ ਹੋਰ ਵੇ ਸੱਜਣਾ ਛੇਤੀ ਹੀ ਦਰਸ਼ ਦਿਖਾ ਦੇ। ਓ ਤੇਰਾ ਵਾਸ ਦੇ ਵਿੱਚ ਬੁਲਾ ਕੇ ਠੰਡ ਕਾਲ ਜੇ ਪਾ ਦੇ। ਸਬਰ ਨੀ ਹੁੰਦਾ ਹੋਰ ਵੇ ਸੱਜਣਾ ਛੇਤੀ ਦਰਸ਼ ਦਿਖਾ ਦੇ। ਓ ਤੇਰਾ ਵਾਸ ਦੇ ਵਿੱਚ ਬੁਲਾ ਕੇ ਠੰਡ ਕਾਲ ਜੇ ਪਾ ਦੇ। ਓ ਤੈਨੂੰ ਦੇਖਣ ਨੂੰ ਨਹਿਣ ਪੈ ਤਰਸੇ ਤੂੰ ਦੇਸ਼ ਓ ਤੈਨੂੰ ਦੇਖਣ ਨੂੰ ਨਹਿਣ ਪੈ ਤਰਸੇ ਤੂੰ ਦੇਰਾਂ ਕਾਤੋਂ ਲਾਈਆਂ। ਓ ਤੇਰੇ ਬਾਦ ਨਯਾਤ ਹੀ ਚੱਕ ਲਈ ਓ ਛੇਤੀ ਮੁੜਿਆ ਸਾਈਆਂ। ਓ ਤੇਰੇ ਬਾਦ ਨਯਾਤ ਹੀ ਚੱਕ ਲਈ ਓ ਛੇਤੀ ਮੁੜਿਆ ਸਾਈਆਂ। ਤੇਰੇ ਬਾਦ ਨਯਾਤ ਹੀ ਚੱਕ ਲਈ ਓ ਛੇਤੀ ਮੁੜਿਆ ਸਾਈਆਂ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ।